ਉਹ ਤਾਂ ਉਹ ਉਹ ਜਿਹੜੀ ਗੱਲ ਹੈ ਉਹ ਤਾਂ ਚੋਣ ਦੇ ਮੁਤਾਬਕ ਹੁੰਦੀ ਹੈ ਲੇਕਿਨ ਉਹ ਨਹੀਂ ਆਪਾਂ ਨੋਮੀਨੇਸ਼ਨ ਚ ਵੀ ਹੈ ਨਹੀਂ ਚੋਣ ਦੇ ਵੀ ਹੁੰਦੀ ਆ ਪਰ ਚੋਣ ਲਈ ਵੀ ਤੁਹਾਡੇ ਕੈਂਡੀਡੇਟ ਤੌਰ ਤੇ ਵੀ ਤੁਹਾਡਾ ਹੱਕ ਬਣਦਾ ਹਾਂ ਔਰ ਵੋਟ ਹੁੰਦੀ ਤੁਹਾਡੀ ਵੋਟ ਹੁੰਦੀ ਆ ਪਰ ਤੁਸੀਂ ਉਹ ਉਹਦੇ ਨਾਲੇ ਪ੍ਰੋਪੋਰਸ਼ਨਲੀ ਇਹ ਸੋਚਦੇ ਆ ਵੀ ਕਿਹੜੀ ਗਿੰਨਤੀ ਕਿੰਨੀ ਹੈਗੀ ਇਹਨਾਂ ਨੂੰ ਕਿੰਨੀਆਂ ਸੀਟਾਂ ਦੇਣੀਆਂ ਅਗਰ ਅਸੀਂ ਉਹ ਤਾਂ ਫਾਇਦਾ ਕੀ ਹੋਊਗਾ ਸਿੱਖ ਪੋਲੀਟੀਕਲ ਬਹੁਤ ਪਿੱਛੇ ਹੈ ਗਿਆ ਇਸ ਮੁਲਕ ਦੇ ਵਿੱਚ ਕਿਉਂਕਿ ਜਿੰਨਾ ਚਿਰ ਸਾਡੇ ਉਹ ਪਲੇਟਫਾਰਮ ਤੇ ਨਹੀਂ ਜਾਵਾਂਗੇ ਉਥੇ ਉਹਨਾਂ ਹਲਕਿਆਂ ਦੇ ਕਾਲੋ ਜੇ ਕੰਟਰੀ ਦੇ ਜਾਂ ਲੋਕਲ ਅਥਾਰਟੀ ਦੇ ਕਾਲੋ ਨੈਸ਼ਨਲ ਹੈਲਥ ਸਰਵਿਸ ਤੇ ਕਾਲੋ ਉਹਨਾਂ ਦੇ ਜਿਹੜੇ ਡਿਸੀਜਨ ਬਣਨੇ ਆ ਤੇ ਡਿਸੀਜਨ ਮੇਕਿੰਗ ਬੋਡੀ ਦੇ ਵਿੱਚ ਹਿੱਸਾ ਨਹੀਂ ਲਵਾਂਗੇ ਤਾਂ ਫੇਰ ਬਣੇ-ਬਣੇ ਡਿਸੀਜਨ ਸਾਡੇ ਤੇ ਲਾਗੂ ਹੋਣੇ ਨਾ ਉਹ ਸਾਡੇ ਹੱਕ 'ਚ ਵੀ ਹੋ ਸਕਦੇ ਸਾਡੇ ਬੇਹੱਕ 'ਚ ਵੀ ਆ ਪਰ ਜੇ ਸਾਡੀ ਗਿਣਤੀ ਹੋ ਉਹਦੇ ਹਿਸਾਬ ਨਾਲ ਨੋਮੀਨੇਸ਼ਨ ਵੀ ਜਾਊਗੀ ਨੋਮੀਨੇਸ਼ਨ ਹਾਊਸ ਆਫ ਲੋਰਡ 'ਚ ਵੀ ਜਾ ਸਕਦੀ ਆ ਨਾਨ ਇਜੈਕਟਿਵ ਡਾਇਰੈਕਟਰਾਂ ਦੇ ਵਿੱਚ ਵੀ ਜਾ ਸਕਦੀ ਆ ਜੋ ਨਵੇਂ ਮੈਂ ਕਿਤੇ ਵੀ ਜਾ ਸਕਦੀ ਸਾਡੀਆਂ ਪੋਲੀਟੀਕਲ ਪਾਰਟੀਆਂ ਕੋ ਵੀ ਉਹਦੀ ਡਿਮਾਂਡ ਹੋ ਸਕਦੀ ਸਾਡੇ ਨੇ ਐਮਪੀ ਚਾਹੀਦੇ ਨੇ ਐਨੇ ਐਮਬੀ ਐਮਈਪੀ ਚਾਹੀਦੇ ਆ ਔਰ ਐਨੇ ਸਾਡੇ ਲੋਕਲ ਕਾਉਂਸਲਰ ਚਾਹੀਦੇ ਆ ਉਹ ਸਾਰੇ ਗਿਣਤੀ ਦੇ ਮੁਸਾਬਕਾ ਗਿਣਤੀ ਦੇ ਹਿਸਾਬ ਦੇ ਨਾਲ ਉਹ ਦੇਖਦੇ ਹੈਗੇ ਆ ਇਸ ਕਰਕੇ ਸਾਨੂੰ ਜ਼ਰੂਰ ਗਿਣਤੀ ਚ ਆਉਣਾ ਚਾਹੀਦਾ ਹੈ ਮੈਂ ਇੱਕ ਬੇਨਤੀ ਫੇਰ ਕਰਦਿਆਂ ਕਿ ਵੀ ਇੱਥੇ ਜਿਹੜੀ ਮਰਜ਼ੀ ਪਾਰਟੀ ਨਾਲ ਸੰਬੰਧਤ ਹੋ ਜੇ ਚਾਹੇ ਅਸੀਂ ਅਕਾਲੀ ਦਲ ਨਾਲ ਚਾਹੇ ਅਸੀਂ ਕਾਂਗਰਸ ਨਾਲ ਚਾਹੇ ਦਮਦਮੀ ਟਕਸਾਲ ਨਾਲ ਚਾਹੇ ਖੰਡਕੀਰਤਨੀ ਜਥੇ ਨਾਲ ਚਾਹੇ ਅਸੀਂ ਨਹੀਂ ਵੀ ਕਿਸੇ ਜਥੇ ਦੇ ਨਾਲ ਇੱਕ ਸੁਧਾਰਨ ਸਿੱਖ ਵੀ ਹੈਗੀਆਂ ਚਾਹੇ ਅਸੀਂ ਅੰਮ੍ਰਿਤਧਾਰੀਆਂ ਚਾਹੇ ਨਹੀਂ ਆ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਆ ਕਿ ਵੀ ਅਸੀਂ ਆਪਣੀ ਗਿਣਤੀ 'ਚ ਹਿੱਸਾ ਲਈਏ ਜਿਹੜੇ ਕਿ ਅਸੀਂ ਆਉਣ ਵਾਲੀਆਂ ਗਾਂਧੀਆਂ ਜਿੱਦਾਂ ਆਪ ਜੀ ਨੇ ਕਿਹਾ ਕਿ ਵੀ 100 ਸਾਲ ਤੋਂ ਬਾਅਦੇ ਸਾਹਮਣੇ ਆਉਣੀਆਂ ਜੇ ਅਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਦੇਣਾ ਚਾਹੁੰਦੇ ਹਾਂ ਅਥੀ ਜ਼ਰੂਰ ਜੇ ਸਾਡੇ ਤੋਂ ਆਪ ਨਹੀਂ ਕਰ ਸਕਦੇ ਕਿਸੇ ਤੋਂ ਪੁੱਛ ਲਈਏ ਵੀ ਅਸੀਂ ਉੱਥੇ ਜਿੱਥੇ ਅਦਰ ਦੇ ਲਿਖਿਆ ਹੈ ਇੱਕ ਲਿਖਿਆ ਹੈ ਐਥਨਿਕ ਗਰੁੱਪ ਉੱਥੇ ਅਦਰਜ ਦਾ ਖਾਨਾ ਹੁੰਦਾ ਸਾਰਿਆਂ ਤੋਂ ਥੱਲੇ ਜਾ ਕੇ ਸੱਜੇ ਪਾਸੇ ਉਹਦੇ ਬਾਰੇ ਦੱਸਾਂਗੇ ਉਹਦੇ ਬਾਰੇ ਦੱਸਾਂਗੇ ਹੁਣ ਆਪਾਂ ਅਸੀਂ ਗਿਣਤੀ ਜ਼ਰੂਰ ਕਰੀਏ ਗਿਣਤੀ ਜ਼ਰੂਰ ਤੇ ਫਜ਼ਲਦੀਪ ਸਿੰਘ ਜੀ ਤੁਸੀਂ ਦੱਸੋ ਹੁਣ ਨੌਜਵਾਨ ਤਬਕੇ ਨੂੰ ਉਸੇ ਕਿਸ ਤਾਂ ਪ੍ਰੇਰੀ ਹੈ ਨੌਜਵਾਨ ਤਬਕੇ ਨੂੰ ਅਸਲ ਵਿੱਚ ਜਿਹੜੇ ਸਾਡੇ ਨੌਜਵਾਨ ਖਾਸ ਕਰਕੇ ਸਿੱਖ ਸੁਸਾਇਟੀਆਂ ਦੇ ਵਿੱਚ ਹਨ ਜਿਹੜੇ ਸਟੂਡੈਂਟਸ ਯੂਨੀਅਨ ਦੇ ਨਾਲ ਕੰਮ ਕਰ ਰਹੇ ਨੇ ਜਾਂ ਜਿਹੜੇ ਸਾਡੇ ਕਾਲਜਾਂ ਦੇ ਵਿੱਚ ਖਾਸ ਕਰਕੇ ਜਿਨ੍ਹਾਂ ਦੀ ਜਿਹੜੇ ਫੋਰਮਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਜ਼ਰੂਰ ਆਪਣੇ ਭਾਈਚਾਰੇ ਦੇ ਵਿੱਚ ਆਪਣੇ ਫ੍ਰੈਂਡਾਂ ਦੇ ਵਿੱਚ ਉਹ ਦੱਸਣਾ ਚਾਹੀਦਾ ਹੈ ਕਿ ਸੈਂਸਸ ਹੈ ਕੀ ਜੇ ਕਿਸੇ ਨੂੰ ਪਤਾ ਨਹੀਂ ਤੁਸੀਂ ਕੀ ਕਿਸ ਤਰੀਕੇ ਨਾਲ ਤੁਹਾਡੇ ਦੱਸੋ ਸਾਨੂੰ ਨੌਜਵਾਨਾਂ ਦੇ ਪੁਆਇੰਟ ਆਫ 뷰 ਦੱਸੋ ਕਿ ਕਿਸ ਤਰੀਕੇ ਨਾਲ ਸਿਰ ਉਹਨਾਂ ਪ੍ਰੇਰੀ ਹੈ ਕਿ ਉਹ ਆਪ ਵੀ ਪੜਨ ਤੇ ਆਪਣੇ ਘਰ ਵਾਲਿਆਂ ਨੂੰ ਵੀ ਪ੍ਰੇਰਣ ਕਿ ਆ ਪੜਨੇ ਚਾਹੀਦੇ ਨੇ ਜੇ ਮੈਂ ਆਪਣੀ ਐਗਜ਼ਾਮਪਲ ਇੱਕ ਦੇਵਾਂ ਠੀਕ ਹੈ ਮੈਂ ਇੱਕ ਨੌਜਵਾਨ ਆ ਜਿੱਥੇ ਮੈਂ ਆਪਣੇ ਘਰ ਦੇਆਂ ਦਾ ਸੈਂਸਸ ਫੂਮ ਭਰ ਸਕਦਾ ਉੱਥੇ ਮੈਨੂੰ ਇਹ ਵੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿ ਜਿਹੜੇ ਸਾਡੇ ਬਜ਼ੁਰਗ ਜਿਨ੍ਹਾਂ ਨੂੰ ਨਹੀਂ ਪੰਜਾਬੀ ਆਉਂਦੀ ਜਾਂ ਜਿਹੜੇ ਨਹੀਂ ਪੜ ਸਕਦੇ ਜਿਹੜੇ ਫਾਰਮ ਨਹੀਂ ਭਰ ਸਕਦੇ ਸਾਨੂੰ ਉਹਨਾਂ ਦੀ ਵੀ ਮਦਦ ਕਰਨੀ ਚਾਹੀਦੀ ਹੈ ਇਹ ਵੀ ਇੱਕ ਕਿਸਮ ਦੀ ਸੇਵਾ ਹੈ ਜੇ ਉਸ ਨੂੰ ਸੇਵਾ ਸਮਝ ਕੇ ਅਸੀਂ ਇਸ ਸੈਂਸਸ ਨੂੰ ਭਰਈਏ ਜਿਨ੍ਹਾਂ ਦੇ ਕੋਲ ਕੋਈ ਹੁਣ ਜੇ ਅਸੀਂ ਪਿੱਛੇ 10 ਸਾਲ ਪਿੱਛੇ ਲੈ ਜਾਈਏ ਆਪਣੇ ਆਪ ਨੂੰ ਉਸ ਸਮੇਂ ਦੇ ਵਿੱਚ ਸਾਡੀਆਂ ਐਕਸਟੈਂਡਡ ਫੈਮਲੀਆਂ ਹੁੰਦੀਆਂ ਸੀ ਉਹਨਾਂ ਸਮਿਆਂ ਦੇ ਵਿੱਚ ਅਸੀਂ ਇੱਕ ਪਰਿਵਾਰਕ ਤੌਰ ਦੇ ਕੇ ਕਈ ਵਾਰੀ 6-7 ਜਾਣੇ ਇਕੱਠੇ ਰਹਿੰਦੇ ਸਨ ਲੇਕਿਨ ਅੱਜ ਕੱਲ ਦਾ ਸਮਾਂ ਇਸ ਤਰ੍ਹਾਂ ਦਾ ਬਣ ਚੁੱਕਾ ਹੈ ਕਿ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਜਾਂ ਤਾਂ ਉਹ ਕਿਸੇ ਓल्ड ਪੀਪਲ ਹੋਮਸ ਦੇ ਵਿੱਚ ਪਾਏ ਗਏ ਨੇ ਜਾਂ ਉਹਨਾਂ ਉਹ ਆਪਣੇ ਫਲੈਟਾਂ ਦੇ ਵਿੱਚ ਰਹਿ ਰਹੇ ਨੇ ਜਿਸ ਨੂੰ ਸਾਨੂੰ ਪਤਾ ਹੈ ਕਿ ਸਾਡੇ ਜਿਹੜੇ ਬਜ਼ੁਰਗ ਨੇ ਉਹ ਕਿਸੇ ਫਲੈਟ ਦੇ ਵਿੱਚ ਰਹਿ ਰਹੇ ਨੇ ਔਰ ਉਹਨਾਂ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਇਹ ਸੈਂਸਸ ਭਰਨਾ ਜ਼ਰੂਰੀ ਹੈ ਕਿਉਂਕਿ ਇਹ ਸਭ ਗਿਣਤੀਮੰਤੀ ਦਾ ਕੰਮ ਹੈ ਔਰ ਇਹਦੇ ਮੁਤਾਬਿਕ ਹੀ ਸਾਨੂੰ ਫੈਸਿਲਟੀਆਂ ਮਿਲਦੀਆਂ ਹਨ ਤੇ ਫਿਰ ਸਾਨੂੰ ਇਹ ਜਿਸ ਤਰ੍ਹਾਂ ਮੈਂ ਕਹਿ ਚੁੱਕਾ ਹਾਂ ਆਪਣੀ ਜ਼ਿੰਮੇਵਾਰੀ ਸਮਝਤੇ ਹੋਏ ਸਾਨੂੰ ਉਹਨਾਂ ਘਰਾਂ ਦੇ ਵਿੱਚ ਜਾਣਾ ਚਾਹੀਦਾ ਹੈ ਚਾਹੇ ਉਹ ਸਾਡੀ ਸਾਡੀ ਘਰ ਦੇ ਹੋਣ ਚਾਹੇ ਸਾਡੇ ਬਾਹਰ ਦੇ ਹੋਣ ਆਪਣੀ ਸਮਝ ਕੇ ਸਾਨੂੰ ਉਹਨਾਂ ਦੇ ਕੋਲ ਜਾਣਾ ਚਾਹੀਦਾ ਹੈ ਕਿ ਜੇ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਮਦਦ ਦੀ ਲੋੜ ਹੈ ਤੇ ਅਸੀਂ ਆਪਜੀ ਵਾਸਤੇ ਭਰਨ ਵਾਸਤੇ ਤਿਆਰ ਹਾਂ ਬਾਕੀ ਸਾਧ ਸੰਗਤ ਜੀ ਸੇ ਆਪ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਆਫਿਸ ਆਫ ਨੈਸ਼ਨਲ ਸਟੈਟਿਸਟਿਕਸ ਹੈ ਉਹਨਾਂ ਨੇ ਕੈਂਪੇਨ ਕੀਤਾ ਹੋਇਆ ਹੈ ਔਰ ਉਹਨਾਂ ਨੇ ਬਹੁਤ ਗਿਣਤੀ ਚ ਵੋਲੰਟਰੀ ਜਿਹੜੇ ਨੇ ਉਹ ਉਹਨਾਂ ਨੂੰ ਹਾਇਰ ਕੀਤਾ ਹੈ ਉਹਨਾਂ ਦੀ ਸਰਵਿਸ ਹਾਇਰ ਕੀਤੀ ਹੈ ਉਹਨਾਂ ਨੂੰ ਕੁਝ ਮਾਇਕ ਤੌਰ ਤੇ ਸਹਾਇਤਾ ਕੀਤੀ ਜਾਏਗੀ ਤਾਂ ਕਿ ਉਹ ਔਰ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਉਹ ਜਾ ਕੇ ਘਰ ਘਰ ਜਾ ਕੇ ਲੋਕਾਂ ਦੀ ਮਦਦ ਕਰਨ ਫਾਰਮ ਭਰਨ ਦੇ ਚ ਉਹਨਾਂ ਦੀ ਸਹਾਇਤਾ ਕਰਨ ਲੇਕਿਨ ਜਿਸ ਤਰ੍ਹਾਂ ਫਲਦੀਪ ਸਿੰਘ ਨੇ ਕਿਹਾ ਹੈ ਕਿ ਨੌਜਵਾਨ ਤਬਕਾ ਹੈ ਜੋ ਐਨਐਲਵੀਆ ਫਰਜ਼ ਬੰਦਾ ਹੈ ਕਿ ਇੱਕ ਆਪ ਫਾਰਮ ਭਰਨ ਬਾਕੀ ਦੂਸਰਾਂ ਦੀ ਫਾਰਮ ਭਰਨ ਵਾਸਤੇ ਉਹਨਾਂ ਦੀ ਮਦਦ ਕਰਨ ਤੇ ਇਸ 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 ਉਪਰਾਲੇ ਦੇ ਨਾਲ ਅਸੀਂ ਗਿਣਤੀ ਚ ਆ ਸਕਾਂਗੇ ਤੇ ਕੌਨਸਲ ਸਾਹਿਬ ਹਾਂ ਜਿਹੜੇ ਆਪ ਜੀ ਨੇ ਕਿਹਾ ਵੀ ਵਲੰਟੀਅਰ ਭਰਤੀ ਕੀਤੀ ਹੈ ਉਹ ਪੇਡ ਜੌਬ ਹੈਗੀ ਤਕਰੀਬਨ 9 ਪੌਂਟ ਤੋਂ ਜਾਂ 10 ਪੌਂਟ ਤੋਂ ਸ਼ੁਰੂ ਹੁੰਦੀ ਆ ਉਹਨਾਂ ਦੇ ਜੇ ਜੌਬ ਦੇ ਵਿੱਚ ਜਿਹੜੇ ਨੌਜਵਾਨ ਤੌਫਕਾ ਸੁਣਦੇ ਆ ਜਾਂ ਇੱਕ ਦੂਜੇ ਭੈਣ ਭਰਾਵਾਂ ਨੂੰ ਆਪਣੇ ਨੂੰ ਦੱਸੋ www.sensesjobd.co.in ਉੱਤੇ ਜਾ ਕੇ ਲੋਕ ਕਰਨ ਤਾਂ ਆਪੋ ਆਪਣੇ ਏਰੀਏ ਦੇ ਵਿੱਚ ਉਹਨਾਂ ਨੂੰ ਮਿਲ ਜਾਏਗਾ ਵੀ ਕਿੱਥੇ ਉਹ ਫਾਰਮ ਭਰਨਾ ਈਮੇਲ ਤੇ ਘੱਲਦਣ ਤੇ ਉਹਨਾਂ ਨੂੰ ਉਹ ਪ੍ਰੋਸੈਸ ਚ ਪਾ ਕੇ ਜੋਬ ਵੀ ਮਿਲ ਸਕਦੀ ਨਾਲੇ ਪੁੰਨ ਨਾਲੇ ਫਲੀਆਂ ਉਹਨਾਂ ਨੂੰ ਨਾਲੇ ਮਾਇਆ ਵੀ ਪਾਕਟ ਮਨੀ ਆਪਾਂ ਕਹ ਲਈ ਹੈਗੀ ਥੋੜੇ ਚਿਰ ਲਈ ਇਹ ਥੋੜੇ ਹਫ਼ਤਿਆਂ ਲਈ ਨਾਲੇ ਪਾਕਟ ਮਨੀ ਮਿਲ ਜੋਗੀ ਨਾਲੇ ਆਪਣੀ ਸੇਵਾ ਹੋ ਜਾਏਗੀ ਉਹ ਕੰਮ ਵੀ ਹੋ ਜੀ ਕਿਉਂਕਿ ਏਦਾਂ ਦਾ ਕੰਮ ਜਿਆਦਾ ਜਾਂਤ ਰਟਾ ਜਿਹੜੇ ਰਿਟਾਇਰ ਲੋਕਾਂਗੇ ਆ ਉਹ ਕਰ ਸਕਦੇ ਜਾਂ ਜਿਨ੍ਹਾਂ ਕੋ ਫਾਲਤੂ ਸਮਾਂ ਪਲੱਸ ਹੈਗਾ ਜਾਂ ਅਨਪਲਾਈਡ ਆ ਜਾਂ ਜਿਹੜੇ ਨੌਜਵਾਨ ਸਟੂਡੈਂਟਸ ਹੈਗੇ ਆ ਉਹ ਇਹਦੇ ਵਿੱਚ ਕਾਫੀ ਇਨਪੁਟ ਪਾ ਸਕਦੇ ਪਲੱਸ ਜਿੰਨੇ ਗੁਰੂ ਘਰਾਂ ਦੇ ਪ੍ਰਬੰਧਕ ਆ ਉਹ ਵੀ ਆਪਣਾ ਫਰਜ਼ ਪਛਾਣਨ ਜ਼ਰੂਰ ਉਹ ਆਪਣੀਆਂ ਸੰਗਤਾਂ ਨੂੰ ਅਵੇਅਰ ਕਰਨ ਜਿੱਥੇ ਸਾਡੀ ਜ਼ਰੂਰਤ ਹੈ ਸਾਨੂੰ ਸਾਧਰਨ ਅਸੀਂ ਵੀ ਜਾ ਕੇ ਕਰ ਸਕਦੇ ਪਰ ਉਹ ਆਪਣਾ ਫਰਜ਼ ਸਮਾਲ ਕੇ ਸਟੇਜਾਂ ਤੋਂ ਕਹਿਣ ਸਟੇਜਾਂ ਤੋਂ ਕਹਿ ਕੇ ਨੌਜਵਾਨ ਆਪਣੇ ਬਥੇਰੇ ਜਾਂਦੇ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਟੇਬਲਾਂ ਤੇ ਆਪਾਂ ਬਿਠਾ ਕੇ ਲਾ ਦਈਏ ਕਾਦ ਕੇ ਵੀ ਤੁਸੀਂ ਜਿਹੜੇ ਨਹੀਂ ਭਰ ਸਕਦੇ ਉਹਨਾਂ ਦੇ ਫਾਰਮ ਭਰ ਦਿਓ ਭਰੀਏ ਇਹ ਇੱਕ ਤਰ੍ਹਾਂ ਆਪਾਂ ਸਾਰੇ ਐਵਰੀ ਸਿੰਗਲ ਪਰਸਨ ਜਿਹੜਾ ਹੈਗਾ ਉਹ ਆਪਣਾ ਫਰਜ਼ ਪਛਾਣੇ ਵੀ ਅਸੀਂ ਆਪਣੀ ਗਿਣਤੀ ਪੂਰੀ ਦੀ ਪੂਰੀ ਬੱਚੇ ਪਾਉਣੀ ਆ ਕੋਈ ਰਹਿ ਨਾ ਜਾਵੇ ਗਿਣਤੀ ਤਾਂ ਸਾਧ ਸੰਗ ਜੀ ਇਸ ਇਸ ਕਿਸਮ ਦਾ ਫਾਰਮ 15th ਤੋਂ ਬਾਅਦ ਆਪਕੀ ਜਕਰਨਾ ਆਉਣਾ ਸ਼ੁਰੂ ਹੋ ਜਾਏਗਾ ਔਰ ਇਸ ਫਾਰਮ ਨੂੰ ਤੁਸੀਂ ਜ਼ਰੂਰ ਪੜੋ ਪੜ੍ਹ ਕੇ ਤੇ ਫਿਰ ਦੇਖੋ ਕਿ ਤੁਸੀਂ ਪਰ ਕਿੱਥੋਂ ਕਿੱਥੋਂ ਤੱਕ ਪਰ ਸਕਤੇ ਹੋ ਜਿਹੜੇ ਅਸੀਂ ਤੁਹਾਨੂੰ ਨਿਸ਼ਾਨਾ ਦੱਸਣਾ ਚਾਹੁੰਦੇ ਹਾਂ ਕਿ ਆਪ ਸਾਡੀ ਜੀ ਗਿਣਤੀ ਆਵੇ ਉਹ ਕਿਸ ਤਰੀਕੇ ਨਾਲ ਹੋ ਸਕਦੀ ਹੈ ਕਿ 16 ਸਫੇ ਦੇ ਉੱਤੇ ਇੱਥੇ ਆਂਦੇ ਹਨ ਕਿ ਤੁਸੀਂ ਆਪਣੀ ਆਈਡੈਂਟੀਟੀ ਵਸਨ ਤੁਹਾਡੀ ਪਛਾਣ ਕੀ ਹੈ ਪਛਾਨ ਸਾਡੀ ਪਛਾਨ ਸਿੱਖ ਹੈਗੀ ਲੇਕਿਨ ਇਸ ਜਿਹੜਾ ਸਿੱਖ ਦਾ ਕਾਲਮ ਹੈ ਨਹੀਂ ਕੋਈ ਤੇ ਉੱਥੇ ਫਿਰ ਅਖੀਰ ਤੇ ਆਉਂਦਾ ਇਹਦੇ ਵਿੱਚ ਅਦਰ ਐਥਨਿਕ ਗਰੂਪਸ ਉਧਰ ਚ ਆਪਾਂ ਇਹ ਜਿਹੜਾ ਦੂਸਰਾ ਖਾਨਾ ਐਨੀ ਅਦਰ ਐਥਨਿਕ ਗਰੁੱਪ ਉਹ ਲਿਖ ਇਹਦੇ ਤੇ ਟਿਕ ਲਾ ਕੇ ਤੇ ਹੇਠਾਂ ਲਿਖ ਦੇਣਾ ਸਿੱਖ ਤਾਂ ਕਿ ਅਸੀਂ ਜਿਸ ਲਈ ਸਾਡੀ ਪਛਾਨ ਦੀ ਗੱਲ ਆਵੇ ਤੇ ਅਸੀਂ ਐਜ਼ ਅ ਸਿੱਖ ਪਛਾਨੇ ਜਾਈਏ ਸੋ ਇਸ ਕਰਕੇ ਇਥੇ ਇੱਕ ਸਿੱਖ ਨਹੀਂ ਹੈਗਾ ਕਿ ਜੇ ਬਹੁਤ ਗਿਣਤੀ ਚ ਆਪਾਂ ਲਿਖਾਂਗੇ ਤੇ ਫਿਰ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਤੱਕ ਸਰਕਾਰ ਇਹ ਮਹਿਸੂਸ ਕਰੇ ਕਿ ਇੱਕ ਸਿੱਖਾਂ ਦਾ ਐਥਨਿਕ ਗਰੁੱਪ ਤੇ ਵੀ ਖਾਨਾ ਹੋਣਾ ਚਾਹੀਦਾ ਹੈ। ਔਰ ਉਸ ਤੋਂ ਦੂਸਰੇ ਪਾਸੇ ਜੇ ਜਾਓ ਤਾਂ ਜ਼ੇ 16 ਪੇਜ ਤੇ ਨੰਬਰ 20 ਤੇ ਉਥੇ ਸਿੱਖ ਦਾ ਖਾਨਾ ਹੈ। ਇਹ ਦੱਸੋ ਕਿ ਤੁਹਾਡਾ ਰਿਜਨ ਕੀ ਹੈ ਤੁਹਾਡਾ ਵਿਸ਼ਵਾਸ ਤੁਹਾਡਾ ਵਿਰਸਾ ਕੀ ਹੈ? ਅਸੀਂ ਸਿੱਖ ਹਾਂ ਜੀ ਧਰਮ ਕੀ ਹੈ ਧਰਮ ਕੀ ਹੈ ਤੁਹਾਡਾ ਸਾਡਾ ਧਰਮ ਹੈ ਸਿੱਖ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਵਿਸ਼ਵਾਸ ਰੱਖਦੇ ਹਾਂ ਸਾਡਾ ਧਰਮ ਸਿੱਖ ਹੈ ਔਰ ਇਸ ਕਰਕੇ ਇੱਥੇ ਜਿਹੜਾ ਸਿੱਖ ਲਿਖਿਆ ਉਹ ਖਾਣਾ ਸਿੱਖ ਵਾਲੇ ਖਾਂਦੇ ਆਪਾਂ ਟਿਕ ਮਾਰ ਕਰਨਾ ਇਹ ਜ਼ਰੂਰੀ ਗੱਲ ਸੀ ਤੁਹਾਨੂੰ ਤੇ ਪਹੁੰਚਾਉਣੇ ਚਾਹੁੰਦੇ ਆ ਕਿ ਇਹ ਆਪਾਂ ਸਿੱਖ ਲਿਖਾਂਗੇ ਈ ਦੇ ਵਿੱਚ ਐਨੀ ਅੱਧ ਤੇ ਟੈੱਕ ਕਰਕੇ ਹਾਂ ਦਾ ਸਿੱਖ ਲਿਖਾਂਗੇ ਗਿੰਤੇ ਹੋ ਆਇਡੈਂਟੀਟੀ ਪਛਾਣ ਵਿੱਚ ਆ ਜਾਣਗੇ ਸਾਡੇ ਧਰਮ ਵਿੱਚ ਵੀ ਆ ਜਾਣਗੇ ਇਹ ਦੋਨਾਂ ਪਰਨ ਵਿੱਚ ਕੋਈ ਹਰਜ ਨਹੀਂ ਹੈਗਾ ਹੋਣਾ ਚਾਹੀਦਾ ਹੈ ਕਿ ਸਾਡੀ ਪਛਾਣ ਐਜ਼ ਅ ਸਿੱਖ ਹੋ ਰਹੀ ਹੈ ਇਸ ਕਰਕੇ ਇਹ ਜਤ ਫਾਰਮ ਆਵੇ ਤੇ ਇਸ ਨੂੰ ਆਪਾਂ ਜ਼ਰੂਰ ਭਰਨਾ ਹੈ ਤੇ ਜੇ ਨਾ ਭਰਾਂਗੇ ਤੇ ਇਹ ਕੋਈ ਕੌਨਸਟ ਸਬਦ ਦੱਸੋ ਕਿ ਕੀ ਪੈਨਲਟੀ ਹੈ ਪਰ ਨਰਤੀ ਤਾਂ ਉਹ ਗਜਾਰਾ ਪੰਡਾ ਨੇ ਹਿਸਾਬ ਦੇ ਨਾਲ ਨਹੀਂ ਉਹ ਸਾਨੂੰ ਉਹ ਜਿਹੜਾ ਆਇਆ ਸੀਗਾ ਉਹ ਦੱਸਦਾ ਸੀਗਾ ਵੀ ਪੈਨਲਟੀ ਹੈ ਜੇ ਆਪਾਂ ਫਾਰਮ ਨਾ ਭਰਾਂਗੇ ਤੇ ਜਿਨ੍ਹਾਂ ਨੇ ਫਾਰਮ ਨਹੀਂ ਭਰੇ ਉਹਨਾਂ ਦੇ ਘਰ ਦੀ ਆਈਡੈਂਟੀਫਿਕੇਸ਼ਨ ਹੋ ਜਾਣੀ ਹੈ ਕਿਉਂਕਿ ਜਿਸ ਘਰ ਚ ਫਾਰਮ ਆਏਗਾ ਉਸ ਇਸ ਫਾਰਮ ਦੇ ਤੇ ਨੰਬਰ ਹੋਏਗਾ ਉਹਨਾਂ ਦਾ ਇਹਨ ਪਤਾ ਲੱਗਿਆ ਵੀ ਇਹ ਇਹ ਨੰਬਰ ਜਿਹੜਾ ਨੰਬਰ 10 ਸੈਂਡ ਕਰਨ ਨੂੰ ਹੋ ਸਕਿਆ ਹੈ ਇਥੋਂ ਜੇ ਕਿਸੇ ਭਰ ਕੇ ਨਹੀਂ ਭੇਜਿਆ ਤੇ 73 ਤੋਂ 3 ਹਫ਼ਤੇ ਦਿਨ ਕੇ ਬਾਅਦ ਫਿਰ ਬੰਦੇ ਤੁਹਾਡੇ ਘਰ ਪਹੁੰਚਣਗੇ ਵੀ ਭਾਰ ਕਿਉਂ ਨਹੀਂ ਭੇਜਿਆ ਕਿ ਪ੍ਰੋਬਲਮ ਹੈਗੀ ਹੈ ਤੇ ਜੇ ਫਿਰ ਵੀ ਤੁਸੀਂ ਨਾ ਭਰੋਗੇ ਤੇ ਫਿਰ ਤੁਹਾਡੇ ਤੇ ਚਲਾਨ ਵੀ ਕੀਤਾ ਜਾ ਸਕਦਾ ਹੈ ਔਰ ਫਾਈਨ ਵੀ ਹੋ ਸਕਦਾ ਹੈ ਪਰ ਆਪਾਂ ਇੱਥੋਂ ਤੱਕ ਗੱਲ ਨਾ ਜਾਂਦੇ ਹੀ ਏ ਜ਼ਰੂਰ ਫਾਰਮ ਭਰਿਏ ਤਾਂ ਕਿ ਆਪਣੀ ਗਿਣਤੀ ਚਾਹੀਏ ਗਿਣਤੀ ਚਾਹਾਨੂੰ ਫਾਇਦਾ ਹੈ ਸਾਡੇ ਮਾਪੇ ਨੂੰ ਫਾਇਦਾ ਹੈ ਸਾਡੇ ਬੱਚਿਆਂ ਨੂੰ ਫਾਇਦਾ ਹੈ ਸਾਰੇ ਆਨ ਵਾਲੀ ਪਨੀਰੀ ਨੂੰ ਫਾਇਦਾ ਹੈ ਜਿਹੜੀ ਫਾਇਦੇ ਵਾਲੀ ਗੱਲ ਹੈ ਕਿਉਂ ਨਾ ਕਰੀਏ ਅਸੀਂ ਅੰਤ ਵਿੱਚ ਹਾਂਜੀ ਅੰਕਲ ਜੀ ਮੈਂ ਕਿ ਇਸ ਗੱਲ ਨੂੰ ਜ਼ਰੂਰ ਐਮਫਸਾਈਜ਼ ਕਰਨਾ ਚਾਹੁੰਦਾ ਹਾਂ ਜਿਸ ਤਰ੍ਹਾਂ ਸਾਡੇ ਕਾਉਂਸਲਰ ਸਾਹਿਬ ਅੰਕਲ ਜੀ ਹੋਣਾ ਨੇ ਦੱਸ ਚੁੱਕੇ ਨੇ ਕਿ ਚਾਹੇ ਅਸੀਂ ਸਾਬਤ ਸੂਰਤ ਹੋਈਏ ਚਾਹੇ ਨਾ ਜੇ ਅਸੀਂ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹਾਂ ਫਿਰ ਸਾਨੂੰ ਜ਼ਰੂਰ ਇਹ ਪੜਨਾ ਚਾਹੀਦਾ ਹੈ ਚਾਹੇ ਸਾਡੇ ਸਿਰ ਦੇ ਉੱਤੇ ਦਸਤਾਰ ਸਜੀ ਹੋਵੇ ਚਾਹੇ ਨਾ ਜੇ ਆਪਣੇ ਆਪ ਨੂੰ ਸਿੱਖ ਕਹਾਂਦੇ ਹਾਂ ਸਿੱਖੇ ਹੀ ਭਰੀਏ ਦੋ ਹੱਥਾਂ ਦੇ ਉੱਤੇ ਪਰ ਮੈਂ ਇਹਨਾਂ ਤੋਂ ਅੱਗੇ ਥੋੜਾ ਹੋਰ ਕਮਾ ਅੱਜ ਆਪਾਂ ਨੂੰ ਇਹ ਪਤਾ ਵੀ ਬਹੁਤ ਨੌਜਵਾਨ ਜਿਹੜੇ ਹੈਗੇ ਆ ਉਹ ਜਾਂ ਕਲੀਨ ਛੇ ਬੰਨੇ ਜਾਂ ਉਹਨਾਂ ਬਾਲ ਕਟਾਏ ਆ ਪਰ ਜਿਹੜੀ ਉਹਨਾਂ ਦੀ ਗਾਂ ਪਨੀਰੀ ਆ ਛੋਟੇ ਛੋਟੇ ਬੱਚੇ ਉਹਨਾਂ ਦੇ ਸਿਰਾਂ ਤੇ ਜੂੜੇ ਹੈਗੇ ਆ ਇਨ ਨੂੰ ਆਪਾਂ ਕਨਸਿਡਰ ਕਰੀਏ ਕਿਉਂਕਿ ਲੌਂਗ ਟਰਮ ਲਈ ਹੈਗਾ ਆ ਜਿਹੜੇ ਅੱਜ ਜੇ ਮੋਨੇ ਬਾਬੇ ਦੀ ਕਿਰਪਾ ਹੋ ਜਾਏ ਭਲਕ ਨੂੰ ਉਹਨਾਂ ਦੇ ਉਹ ਬੜੇ ਸੋਹਣੇ ਸਾਫ ਸੂਰਤ ਸਿੱਖ ਬਣ ਸਕਦੇ ਉਹਨਾਂ ਦੀ ਗਾਂ ਦੀ ਪਨੀਰੀ ਬਣ ਸਕਦੀ ਪਰ ਅਸੀਂ ਉਹਨਾਂ ਪਨੀਰੀ ਨੂੰ ਜਿਹਦੇ ਵਿੱਚ ਸਾਡੀਆਂ ਫਰੰਟ ਲਾਈਨ ਸਰਵਿਸ ਚ ਹੌਸਲੇ ਦਾ ਲੈ ਲਓ ਨੈਸ਼ਨਲ ਹੈਲਥ ਸਰਵਿਸ ਲਾ ਲਓ ਮੈਂ ਹੋਰ ਸਰਵਿਸ ਨਾਲ ਲਜਾਵਾ ਕੱਲੇ ਟਰਮ ਲਈ ਨਹੀਂ ਦੂਸਰੀ ਗੱਲ ਹੈ ਵੀ ਸਾਡੇ ਖਾਣੇ ਦੀ ਗੱਲ ਤਾਂ ਸਾਡੀਆਂ ਜੋਬਾਂ ਤੇ ਸਾਡੇ ਬੱਚਿਆਂ ਦੀ ਸਾਡੀ ਗਿਣਤੀ ਦੇ ਹਿਸਾਬ ਨਾਲ ਮਿਲਣੀ ਆ ਉਹਦੇ ਹਿਸਾਬ ਨਾਲ ਸਾਡੀਆਂ ਵਧੀਆ ਜੋਬਾਂ ਮਿਲਣੀ ਚਾਹੀਦੀ ਅਸੀਂ এমਪਲॉयਮੈਂਟ ਰੱਖ ਲਈ ਆਪਣੇ ਕੰਮਕਾਰ ਦੇ ਵਿੱਚ ਰਹੀਏ ਤੇ ਇਹਦੇ ਦੀ ਸਾਨੂੰ ਗਿਣਤੀ ਕਰਨੀ ਜ਼ਰੂਰੀ ਹੈਗੀ ਆ ਕਿ ਜਿੱਦਾਂ ਮਰਜ਼ੀ ਆਪਣੇ ਜਿਹੜੇ ਮਰਜ਼ੀ ਸ਼ਕਲ ਚਾਹੇਗੇ ਉਹ ਨਾ ਜਾ ਜਾਈਏ ਜਿਹੜੀ ਮਰਜ਼ੀ ਸਾਡੀ ਬੈਕ ਹੋਮ ਪੋਲੀਟੀਕਲ ਹੈਗੀ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਿੱਖਾਂ ਦੋ ਕੈਟਾਗਰੀਆਂ ਦੀ ਭਲੇਖਾ ਨਖਣ ਇੱਕ ਜਿੱਥੇ ਉਹਦੇ ਘੱਟ ਗਿਣਤੀ ਐਥਨਿਕ ਗਰੁੱਪ ਉਥੇ ਅਦਰਜ ਤੇ ਟੈਕ ਮਾਰਨਾ ਆ ਤੇ ਮੋਰੇ ਸਿੱਖ ਲਿਖਣਾ ਜ਼ਰੂਰੀ ਆ ਉਹ ਅਸੀਂ ਦੱਸ ਚੁੱਕੇ ਹਾਂ ਜਿਹੜਾ ਜਿੱਥੇ ਹੈਗਾ ਗਾਂ ਧਰਮ ਦੀ ਗੱਲ ਤੁਹਾਡੀ ਪਛਾਣ ਕਿ ਧਰਮ ਆ ਉਥੇ ਸਿੱਖ ਆਲਰੇਡੀ ਹੈਗਾ ਉਥੇ ਸਿੱਖ ਤੇ ਟੈਕ ਮਾਰਨਾ ਦੋ ਚੀਜ਼ਾਂ ਜ਼ਰੂਰੀ ਯਾਦ ਰੱਖਣੀਆਂ ਤੇ ਫਾਰਮ ਭਰਨੇ ਜ਼ਰੂਰ ਆ ਤੇ ਸਾਥ ਸਿੰਘ ਜੀ ਅਸੀਂ ਆਪਣੇ ਅਟਵਾਲ ਸਾਹਿਬ ਦਾ ਕੌਂਸਲ ਅਟਵਾਲ ਸਾਹਿਬ ਦਾ ਔਰ ਨੌਜਵਾਨ ਫਿਲਦਪ ਸਿੰਘ ਦਾ ਸੇਟ ਬਹੁਤ ਧੰਨਵਾਦ ਕਰਦੇ ਆ ਅਸੀਂ ਸਾਥ ਨਾਲੇ ਜਾਵਾਂਗੇ ਜੀ ਮੇਰੇ ਤੋਂ ਪਹਿਲਾਂ ਕਹਿਣਾ ਚਾਹੀਦਾ ਸੀ ਜਿਹੜਾ ਆਪਣਾ ਮੀਡੀਆ ਸਿੱਖ ਮੀਡੀਆ ਇਹਨਾਂ ਦਾ ਧੰਨਵਾਦ ਕਰਦੇ ਆਂ ਸੰਗਤ ਟੀਵੀ ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਹ ਸੰਗਤਾਂ ਤਾਈਂ ਸਾਨੂੰ ਆਪਣੀ ਗੱਲ ਕਹਿਣ ਦਾ ਮੌਕਾ ਸਾਨੂੰ ਇਹ ਬਖਸ਼ਿਆ ਹੈਗਾ ਤੇ ਇਹ ਵੀ ਇੱਕ ਬੇਨਤੀ ਕਰਦੇ ਆਂ ਕਿ ਵੀ ਆਪਣਾ ਕੋਈ ਵੀ ਮੀਡੀਆ ਕੋਈ ਵੀ ਚੀਜ਼ ਆ ਕੋਈ ਸਰਕਾਰੀ ਗਰੰਟਾ ਨਹੀਂ ਕੋਈ ਇਹ ਫਰੀ ਨਹੀਂ ਚੱਲਦੇ ਹੈ ਕਈ ਵਾਰ ਕਹਿੰਦੇ ਜੀ ਫ੍ਰੀ ਚੱਲਦੇ ਠੀਕ ਹੈ ਸੰਗਤ ਨੂੰ ਦੇਖਣ ਨੂੰ ਤੇ ਫ੍ਰੀ ਆ ਪਰ ਆਪਾਂ ਸਾਰੇ ਚ ਆਪਣਾ ਬਣਦਾ ਹਿੱਸਾ ਜ਼ਰੂਰ ਪਾ ਜੇ ਜੇ ਦੇ ਨਾਲ ਮੈਨੂੰ ਇਹਦੇ ਬਾਰੇ ਕਿਹਾ ਕੱਖ ਨਹੀਂ ਪਰ ਮੈਨੂੰ ਪਤਾ ਕਿ ਬਿਗੈਰ ਪੈਸੇ ਤੋਂ ਕੋਈ ਚੀਜ਼ ਨਹੀਂ ਚੱਲਦੀ ਜਿੰਨਾ ਵੀ ਆਪਾਂ ਕਿਰਤਕਮਈਆਂ ਕਰਦੇ ਹਾਂ ਦਸਵੰਦ ਕੱਢਦੇ ਹਾਂ ਉਹਦੇ ਵਿੱਚੋਂ ਦਸਵੰਦ ਦੇ ਵਿੱਚੋਂ ਕੁਝ ਬਣਦਾ ਹਿੱਸਾ ਆਪਾਂ ਜ਼ਰੂਰ ਪਾ ਜੇ ਤਾਂ ਕਿ ਆਪਣਾ ਇਹ ਮੀਡੀਆ ਚੱਲਦਾ ਰਹੇ ਔਰ ਮੀਡੀਆ ਵਧੀਆ ਹੈ ਆਪਣਾ ਚੱਲੇ ਵਧੀਆ ਪ੍ਰੋਫੈਸ਼ਨਲੀ ਚੱਲੇ ਤੇ ਆਪਾਂ ਆਪਣੀਆਂ ਗੱਲਾਂ ਦੀ ਆਪਣੇ ਧਰਮ ਦੀ ਗੁਰਵਾਨੀ ਦੀ ਸਾਂਝ ਪਾਉਂਦੇ ਰਹੀਏ ਤੇ ਗੁਰੂ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਮਾਫੀ ਚਾਹੁੰਨਾ ਤੁਹਾਡੀ ਮੈਂ ਬਹੁਤ ਬਹੁਤ ਧੰਨਵਾਦ ਕੌਂਸਲ ਸਾਹਿਬ ਅਸੀਂ ਸੰਗਤ ਟੈਲੀਵਿਜ਼ਨ ਦਾ ਵੀ ਧੰਨਵਾਦ ਕਰਦੇ ਹਾਂ ਜਿਹੜਿਆ ਨੇ ਕਿ ਆਪਣਾ ਸਮਾਂ ਕੱਟ ਕੇ ਆਏ ਹਨ ਤੇ ਸਾਨੂੰ ਇਹ ਮੌਕਾ ਦਿੱਤਾ ਹੈ ਕਿ ਅਸੀਂ ਸੈਂਸਸ ਦੇ ਬਾਰੇ ਇਹ ਜੋ ਜਾਣਕਾਰੀ ਹੈ ਆਪ ਤੱਕ ਪਹੁੰਚਾ ਸਕੀਏ ਔਰ ਇਹ ਵੀ ਬੇਨਤੀ ਕਰਦੇ ਆਂ ਪਹਿਲਾਂ ਜਿਸਾ ਪਹਿਲਾਂ ਕਰ ਚੁੱਕੇ ਹਾਂ ਕਿ ਇਹ ਚੈਨਲ ਜੋ ਹੈ ਸੰਗਤ ਚੈਨਲ ਜੋ ਹੈ ਇਹ ਗੁਰੂ ਦੀ ਕਿਰਪਾ ਨਾਲ ਚੱਲ ਰਿਹਾ ਹੈ ਗੁਰੂ ਤੇ ਵਿਸ਼ਵਾਸ ਹੈ ਔਰ ਗੁਰੂ ਦਾ ਇਹ ਸੰਦੇਸ਼ ਹੈ ਆਪੇ ਸਿੱਖ ਨੂੰ ਹੈ ਕਿ ਧਰਮ ਕਰਨ ਲਈ ਦਸਵੰਦ ਜ਼ਰੂਰ ਕੱਢਣਾ ਹੈ ਤੇ ਆਪਾਂ ਉਹ ਦਸਵੰਦ ਨੂੰ ਜ਼ਰੂਰ ਧਿਆਨ ਮਾਰ ਕੇ ਜਿੱਥੇ ਤੱਕ ਹੋ ਸਕਦਾ ਸਪੋਰਟ ਕਰੀਏ ਤਾਂ ਕਿ ਇਹ ਚੈਨਲ ਚੱਲਦਾ ਰਹੇ ਆਪ ਇਸ ਚੈਨਲ ਨੂੰ ਦੇਖਦੇ ਰਹੋ ਔਰ ਇਹ ਚੈਨਲ ਜੋ ਹੈ ਆਪ ਜੀ ਨੂੰ ਜਾਣਕਾਰੀ ਕਰਾਉਂਦਾ ਰਹੇ aap pita concert saab kaunsa gurtyaar singh atwal saab fuldeep singh ji bahut bahut dhanyawad hai jo aap ho ka ki to register your ethnicity as Sikh, go to page 16 question 16 section e this refers to your ethnicity tick the box labeled other then write Sikh in the empty box below to register your religion as Sikh, go to page 16, question 20, and tick the box labeled Sikh.